ਆਪਾਂ ਪੰਜਾਬੀ ਹਾਂ, ਪੰਜਾਬ ਦੇ ਰਹਿਣ ਵਾਲੇ। ਉਹ ਕਹਿੰਦੇ ਆ ਨਾ ਕਿ ਨਾ ਰਹੇ ਉਹ ਜ਼ਮਾਨੇ ਮੁੰਜ ਦੇ ਹਾਫਿਜ਼ ਮੁਹੰਮਦ ਉਸਮਾਨ ਸਾਹਿਬ, ਕਿ ਨਾ ਰਹੇ ਉਹ ਜ਼ਮਾਨੇ ਮੁੰਜ ਦੇ, ਨਾ ਫਿਸਲ ਕਿਤੇ ਧੋਤੀਆਂ ਮੁੰਜ ਦੇ, ਨਾ ਤਕੜਾ ਨਾ ਚਰਖਾ ਰਿਹਾ, ਨਾ ਮੱਖਣ ਨਾ ਟੁੱਕਰ ਪਿਆ, ਨਾ ਬਦੇਰੇ ਤੇ ਕਾਹਣ ਬੋਲੇ, ਨਾ ਸਰਦਨ ਤੇ ਘਿਓ ਕੋਈ ਡੋਲੇ, ਨਾ ਕੋਈ ਤਈਆਂ ਮਲ ਮਲ ਨਾਵੇ, ਨਾ ਕੋਈ ਰੋ ਵਿੱਚ ਲੱਸੀ ਪਾਵੇ, ਨਾ ਚਾਟੀ ਨਾ ਰਹੀ ਮਧਾਣੀ, ਨਾ ਟਿੰਡਾਂ ਵਿੱਚ ਛਲਕੇ ਪਾਣੀ, ਨਾ ਕਾਟੀ ਨਾ ਝੂਟੇ ਰਹੇ, ਨਾ ਫਲਿਆਂ ਤੇ ਚੱਟੀ ਬਹਿ, ਨਾ ਲੱਡੂ ਨਾ ਰਹੇ ਮਖਾਣੇ। ਯਾਦ ਆਉਂਦੇ ਨੇ ਵਕਤ ਪੁਰਾਣੇ, ਤੇ ਖੂਹ ਦੀਆਂ ਟਿੰਡਾਂ ਥੱਕ ਟੁੱਟ ਗਈਆਂ, ਜਿਸਣ ਨਾ ਕਿਧਰੇ ਪੀਂਘਾਂ ਪਈਆਂ, ਫਿਰ ਹਰ ਪੰਜਾਰੀ ਥੱਕ ਹਾਂ ਬਹਾਰੀ, ਕਲਵਾ ਘਾਕਰ ਪਰੇ ਨਦਾਰੀ, ਤੇ ਅੱਡੋ ਅੱਡ ਰਸੋਈਆਂ ਹੋਈਆਂ, ਵੱਖਰੇ ਚੁੱਲ੍ਹੇ ਵੱਖਰੀਆਂ ਡੋਈਆਂ, ਤੇ ਅੱਖ ਦਾ ਪਾਣੀ ਰੋ ਰੋ ਹੋ ਗਿਆ, ਜਿਸਣ ਨਾ ਕਿਧਰੇ ਸਾਂਝਾਂ ਪਈਆਂ, ਫਿਰ ਪੇਸ਼ ਪ੍ਰਧਾਨ ਹੋਈ ਵਿੱਚ ਘਰ ਦੇ, ਸ਼ਰਮ ਹਯਾ ਦੇ ਲੈ ਕੇ ਪਰਦੇ, ਤੇ ਪੱਗ ਚੁੰਨੀ ਵੀ ਹੋਈ ਪਰਾਉਣੀ, ਲੁੱਚ ਪੁਣੇ ਦੀ ਹੋਈ ਫਿਰ ਬਾਉਣੀ, ਤੇ ਫੁੱਟੜੀ ਦਾ ਕੋਈ ਖੂਨ ਨਹੀਂ ਫਰਦਾ, ਰਹਿਮਤ ਦਾ ਨਹੀਂ ਬੱਦਲ ਵਰਦਾ।